ਕੈਪਟਨ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਾ, ਯਾਨੀ ਕਿਹਾ ਕਿ ਕੈਪਟਨ ਤੋਂ ਉਹ ਸੈਟਿਸਫਾਈਡ ਨਹੀਂ ਆ। ਕਈ MLA ਨੇ ਜਾ ਕੇ, ਜ਼ਿਆਦਾਤਰ MLA ਨੇ ਆਪਾਂ ਕਹੀਏ, ਜਾ ਕੇ ਕੈਪਟਨ ਦੀ ਸਰਕਾਰ ਦੇ ਨਾਲ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਇਸ ਕਮੇਟੀ ਦਾ ਕੋਈ ਮਤਲਬ ਨਹੀਂ ਹੈ, ਫੈਸਲਾ ਗਾਂਧੀ ਪਰਿਵਾਰ ਨੇ ਲੈਣਾ ਅਤੇ ਕਮੇਟੀ ਇੱਕ ਫਾਰਮੈਲਿਟੀ ਸੀ। ਬਹੁਤੀਆਂ ਚੀਜ਼ਾਂ ਪਲਾਂਟਡ ਸੀ, ਬਹੁਤੀਆਂ ਚੀਜ਼ਾਂ ਦੋਵੇਂ ਧੜਿਆਂ ਵੱਲੋਂ, ਇੱਕ ਧੜੇ ਵੱਲੋਂ ਨਹੀਂ, ਦੋਵੇਂ ਧੜਿਆਂ ਵੱਲੋਂ ਪਲਾਂਟ ਹੋ ਰਹੀਆਂ ਸੀ। ਜਿਹੜੇ ਰਾਹੁਲ ਗਾਂਧੀ ਦੇ ਫੋਨ ਗਏ ਨੇ, ਕਹਿੰਦੇ ਉਹਨਾਂ ਨੇ ਵੀ ਇਸ ਗੱਲ ਦੇ ਲਈ ਇੱਕ ਲਾਮਬੰਦੀ ਕੀਤੀ ਹੈ, ਯਾਨੀ ਕੈਪਟਨ ਦੇ ਖਿਲਾਫ ਜੀ ਕਹੀਏ। ਸਭ ਨੂੰ ਪਤਾ ਕੈਪਟਨ ਤੇ ਰਾਹੁਲ ਦੀ ਨਹੀਂ ਬਣਦੀ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੈਂਪ ਆ, ਜਿਹੜੇ ਕੈਪਟਨ ਦੇ ਕਲੋਜ਼ ਰਹਿੰਦੇ ਲੋਕ ਨੇ, ਉਹ ਕਹਿੰਦੇ ਆ ਕੈਪਟਨ ਬੇਹੱਦ ਕੌਨਫੀਡੈਂਟ ਨੇ, ਕੈਪਟਨ ਨੂੰ ਲੱਗਦਾ ਹੀ ਨਹੀਂ ਹੈ ਕਿ ਕੋਈ ਗੜਬੜ ਹੋਏਗੀ। ਔਰ ਉਹੀ ਲੀ ਮੇਰਡਨ ਹੋਟਲ ਵਾਲੇ, ਜਿਹੜੇ ਲੀ ਮੇਰਡਨ ਬਹੁਤ ਵੱਡਾ ਹੋਟਲ ਹੈ ਦਿੱਲੀ ਦਾ, ਜਿਹੜੇ MLA ਉੱਥੇ ਰਹੇ ਨੇ, ਜਿਹੜੇ ਮੰਤਰੀ ਉੱਥੇ ਰਹੇ ਨੇ, ਉਹੀ ਕਹਿੰਦੇ ਆ ਕਿ 45 ਬੰਦੇ ਸਾਡੇ ਨਾਲ ਨੇ। ਕੈਪਟਨ ਧੜੇ 'ਚ ਵੀ ਬੜਾ ਸਸਪੈਂਸ ਆ। ਕੀ ਲੱਗਦਾ ਕਿ ਸਭ ਦੇ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹ CM ਕੈਪਟਨ ਦੇ ਨਾਲ ਨੇ? ਪ੍ਰਸ਼ਾਂਤ ਕਿਸ਼ੋਰ ਕੈਪਟਨ ਨਾਲ ਹਨ ਜਾਂ ਨਹੀਂ ਹੈ ਕਿਸੇ ਨੂੰ ਨਹੀਂ ਪਤਾ। ਬਹੁਤੇ ਲੋਕ ਉਹ ਵੀ ਨੇ ਜਿਹੜੇ ਕੈਪਟਨ ਵੱਲ ਵੀ ਪੱਤਾ ਸਿੱਟੇ ਹੁੰਦੇ ਨੇ, ਜਿਹੜੇ ਸਵੇਰੇ ਕੈਪਟਨ ਵੱਲ, ਸ਼ਾਮ ਨੂੰ ਸਿੱਧੂ ਹੋਰਾਂ ਵੱਲ, ਇਹੋ ਜਿਹੇ ਲੋਕ ਵੀ ਨੇ ਜਾਂ ਹਾਈਕਮਾਨ ਵੱਲ। ਰਿਪੋਰਟ ਤਾਂ ਫਾਰਮੈਲਿਟੀ ਸੀ, ਰਿਪੋਰਟ ਤੋਂ ਅਗਲੀ ਸਕ੍ਰਿਪਟ ਕੀ ਹੈ? ਕਾਂਗਰਸ ਦੀ 3 ਮੈਂਬਰੀ ਕਮੇਟੀ ਨੇ ਰਿਪੋਰਟ ਗਾਂਧੀ ਪਰਿਵਾਰ ਨੂੰ ਸੌਂਪ ਦਿੱਤੀ ਹੈ। ਕੌਣ ਕਿਸ ਦੇ ਨਾਲ ਹੈ ਤੇ ਕੌਣ ਕਿਸ ਦੇ ਖਿਲਾਫ ਹੈ? ਆਖਿਰ ਇਸ ਰਿਪੋਰਟ ਦੇ ਵਿੱਚ ਕੀ ਹੈ? ਆਖਿਰ ਕਿਸ ਦੇ ਵੱਲੋਂ ਕਿਹੜੇ ਕਿਹੜੇ ਦਾਅਵੇ ਕੀਤੇ ਗਏ? ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ TV ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, 3 ਮੈਂਬਰੀ ਕਮੇਟੀ ਨੇ ਰਿਪੋਰਟ ਜਿਹੜੀ ਹੈ ਹਾਈਕਮਾਨ ਗਾਂਧੀ ਪਰਿਵਾਰ ਨੂੰ ਸੌਂਪ ਦਿੱਤੀ ਹੈ, ਇਸ ਰਿਪੋਰਟ ਦੇ ਵਿੱਚ ਕੀ ਹੈ? ਦੇਖੋ, ਜੋ ਆਪਾਂ ਕਹਿ ਰਹੇ ਸੀ, ਜੋ ਗੱਲਾਂ ਆਪਾਂ ਸ਼ੁਰੂਆਤ ਤੋਂ, ਸਭ ਤੋਂ ਪਹਿਲਾਂ ਅਸੀਂ ਰਾਜਨੀਤੀ ਡੀਕੋਡ ਪ੍ਰੋਗਰਾਮ 'ਚ ਹੀ ਇਹ ਗੱਲ ਨੂੰ ਡੀਕੋਡ ਕਰਨਾ ਸ਼ੁਰੂ ਕੀਤਾ ਕਿ ਇੱਕ ਬਗਾਵਤ ਕਾਂਗਰਸ 'ਚ ਨਜ਼ਰ ਆ ਰਹੀ ਹੈ ਕੈਪਟਨ ਦੇ ਖਿਲਾਫ, ਜਿਹੜੇ ਕਹਿੰਦੇ ਸੀ ਕਾਂਗਰਸ ਮਜ਼ਬੂਤ ਹੋਏਗੀ। ਆਪਾਂ ਇਹ ਗੱਲ ਕਹਿੰਦੇ ਸੀਗੇ ਕਿ ਕਾਂਗਰਸ 'ਚ ਰੌਲਾ ਪੈ ਰਿਹਾ, ਕਾਂਗਰਸ ਦਾ ਨੁਕਸਾਨ ਹੋ ਰਿਹਾ, ਉਹ ਕਹਿੰਦੇ ਸੀ ਕਾਂਗਰਸ ਇਕਜੁੱਟ ਹੋ ਰਹੀ ਹੈ। ਤਾਂ ਸਾਡੇ ਸੂਤਰੇ ਦੱਸਦੇ ਹੈ, ਕਾਂਗਰਸ ਦੀ ਜੋ ਪੂਰੀ ਮੀਟਿੰਗ ਹੋਈ, ਜੋ MLAs ਦੇ ਨਾਲ, ਜਥੇਬੰਦੀ ਦੇ ਨਾਲ, ਵੱਡੇ ਵੱਡੇ ਲੀਡਰਾਂ ਨਾਲ, ਮੰਤਰੀਆਂ ਨਾਲ, MLA ਨਾਲ, ਉਹ 'ਚੋਂ ਬਹੁਤੇ ਲੋਕਾਂ ਨੇ ਕੈਪਟਨ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਾ, ਯਾਨੀ ਕਿਹਾ ਕਿ ਕੈਪਟਨ ਤੋਂ ਉਹ ਸੈਟਿਸਫਾਈਡ ਨਹੀਂ ਆ। ਬਹੁਤ ਸਾਰੇ MLA ਨੇ ਜਿਹੜੇ, ਉਸ ਤੋਂ ਇਲਾਵਾ ਹੋਰ ਵੀ ਸਵਾਲ ਨੇ ਜਿਹੜੇ ਅਫਸਰਸ਼ਾਹੀ ਨੂੰ ਲੈ ਕੇ। ਸਵਾਲ ਤਾਂ ਸਭ ਨੇ ਆਪਾਂ ਪਹਿਲਾਂ ਹੀ ਦੱਸਤਾ ਸੀ, ਯਾਨੀ ਲਗਭਗ ਜੋ ਗੱਲਾਂ ਆਪਾਂ ਦੱਸ ਰਹੇ ਸੀ ਉਦੋਂ, ਜਦੋਂ ਕਮੇਟੀ ਅਜੇ ਬਣਨੀ ਸੀ, ਜੋ ਲੋਕਾਂ ਦੇ ਆਪਾਂ ਮਨ ਪੜ ਰਹੇ ਸੀ, ਕਿਉਂਕਿ ਗੱਲ ਹੋ ਰਹੀ ਸੀ ਬਹੁਤ ਸਾਰੇ MLAs ਨਾਲ, ਬਹੁਤ ਸਾਰੇ ਮੰਤਰੀਆਂ ਨਾਲ, ਕਾਂਗਰਸ ਦੀ ਹਾਈਕਮਾਨ ਦੇ ਸੋਰਸਿਸ ਸੀ ਜਿਹੜੇ AICC ਦੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਉੱਥੇ ਇੱਕ ਮੋਟੀ ਜਿਹੀ ਗੱਲ ਨਿਕਲ ਕੇ ਆ ਰਹੀ ਸੀ, ਇੱਕ ਰੋਸ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਹੈ। ਅਤੇ ਇਸ ਰਿਪੋਰਟ ਦੇ ਅੰਦਰੋਂ ਵੀ ਉਹ ਗੱਲ ਝਲਕੀ ਹੈ ਕਿ ਕਈ MLA ਨੇ ਜਾ ਕੇ, ਜ਼ਿਆਦਾਤਰ MLA ਨੇ ਆਪਾਂ ਕਹੀਏ, ਜਾ ਕੇ ਕੈਪਟਨ ਦੀ ਸਰਕਾਰ ਦੇ ਨਾਲ ਅਸੰਤੁਸ਼ਟੀ ਜ਼ਾਹਰ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਪਟਨ ਦਾ ਜਿਹੜਾ ਕਰੀਬੀ ਧੜਾ ਸੀਗਾ, ਉਹਦੇ 'ਚ ਵੀ ਬਹੁਤ ਸਾਰੇ ਲੋਕ ਇਸ 'ਚ ਸ਼ਾਮਿਲ ਨੇ। ਬਹੁਤ ਸਾਰੀਆਂ ਚੇਂਜਸ ਦੀ ਗੱਲ ਕਹੀ ਗਈ ਹੈ ਕਿ ਅਗਰ ਸਰਕਾਰ ਦੁਬਾਰਾ ਲੈ ਕੇ ਆਉਣੀ, ਕਿਉਂਕਿ ਇੱਕ ਸਵਾਲ ਇਹ ਸੀਗਾ ਕਿ ਅਗਰ ਸਰਕਾਰ ਦੁਬਾਰਾ ਕਿਵੇਂ ਆਵੇ, ਤਾਂ ਬਹੁਤੇ ਲੋਕ ਕਹਿੰਦੇ ਸੀ ਜੀ ਕੈਪਟਨ ਸਿੱਧੂ ਆ ਜਾਣ, ਬਹੁਤੇ ਲੋਕ ਕਹਿੰਦੇ ਸੀ ਕੈਪਟਨ ਦੀ ਚੇਂਜ ਜ਼ਰੂਰੀ ਆ, ਕੋਈ ਵੀ ਹੋ ਸਕਦਾ, ਬਹੁਤੇ ਲੋਕ ਕਹਿੰਦੇ ਸੀ ਕੈਪਟਨ 'ਤੇ ਜਿਸ ਤਰ੍ਹਾਂ ਦਾ ਕਿਹਾ ਗਿਆ ਕਿ ਬੇਅਦਬੀ ਵਾਲੇ ਮਸਲੇ, ਸਾਡੀ ਪਰਸੈਪਸ਼ਨ ਬਹੁਤ ਬੁਰੀ ਬਣ ਗਈ ਹੈ ਪੰਜਾਬ 'ਚ, ਉਹਨਾਂ ਸਾਰੀਆਂ ਗੱਲਾਂ ਨੂੰ ਸਮੇਟ ਕੇ ਹੀ ਰਿਪੋਰਟ ਗਾਂਧੀ ਪਰਿਵਾਰ ਨੂੰ ਸੌਂਪੀ ਗਈ। ਇੱਕ ਗੱਲ ਆਪਾਂ ਪਹਿਲਾਂ ਕਹਿੰਦੇ ਰਹੇ ਹਾਂ ਸ਼ੁਰੂ ਤੋਂ ਕਿ ਇਸ ਕਮੇਟੀ ਦਾ ਕੋਈ ਮਤਲਬ ਨਹੀਂ ਹੈ, ਫੈਸਲਾ ਗਾਂਧੀ ਪਰਿਵਾਰ ਨੇ ਲੈਣਾ ਅਤੇ ਕਮੇਟੀ ਇੱਕ ਫਾਰਮੈਲਿਟੀ ਸੀ, ਗਾਂਧੀ ਪਰਿਵਾਰ ਨੇ ਇੱਕ ਫਾਰਮੈਲਿਟੀ ਲਈ ਇਹ ਕਮੇਟੀ ਬਣਾਈ ਹੈ। ਫੈਸਲਾ ਕੀ ਲੈਣਾ ਉਹਨਾਂ ਨੂੰ ਪਤਾ ਹੈਗਾ, ਕੀ ਫੈਸਲਾ ਲੈਣਾ, ਕਿਹਦੇ ਪੱਖ 'ਚ ਹੋਏਗਾ, ਕਿਹਦੇ ਵਿਰੋਧ 'ਚ ਹੋਏਗਾ, ਪਰ ਜਿਹੜੇ ਸਰਕਮਸਟਾਂਸਿਸ ਨੇ ਉਹਦੇ 'ਚੋਂ ਬਹੁਤੇ MLA ਕੈਪਟਨ ਦੇ ਖਿਲਾਫ਼ ਭੁਗਤੇ ਨੇ, ਯਾਨੀ ਜ਼ਿਆਦਾ ਲੋਕ, ਜਿਹੜੀ ਇਸਟੈਬਲਿਸ਼ਮੈਂਟ ਆ, ਕਾਂਗਰਸ ਦੀ ਸਥਾਪਤੀ ਹੈ ਜਿਹਦੇ 'ਚ ਕਾਂਗਰਸ ਦੇ ਅਫਸਰ ਨੇ, ਕਾਂਗਰਸ ਦੇ ਹੋਰ ਮਸਲੇ ਨੇ, ਉਹ ਭੁਗਤੇ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਰੀਕੇ ਨਾਲ ਜਾ ਕੇ ਉੱਥੇ ਗੱਲਾਂ ਰੱਖੀਆਂ ਨੇ, ਪਰ ਦੂਜੇ ਪਾਸੇ ਇਹ ਜਿਹੜੀ ਕਮੇਟੀ ਦੀ ਰਿਪੋਰਟ ਆ, ਇਹ ਬਹੁਤ ਸਾਰਾ ਇਸ਼ਾਰਾ ਕਰ ਰਹੀ ਹੈ ਕਿ ਕੁਛ ਨਾ ਕੁਛ ਕਾਂਗਰਸ ਜ਼ਰੂਰ ਚੇਂਜ ਹੋਏਗਾ। ਉਹ ਚੇਂਜ ਜਿਹੜੀ ਪਿਛਲੇ ਦਿਨਾਂ 'ਚ ਕੁਛ ਖਬਰਾਂ ਅਸੀਂ ਦੇਖ ਰਹੇ ਹਾਂ ਪਲਾਂਟ ਹੋ ਰਹੀਆਂ ਸੀ, ਪਿਛਲੇ ਦਿਨਾਂ ਦੇ 5-4 ਦਿਨ ਆਪਾਂ ਡੀਕੋਡ 'ਚ ਗੱਲ ਵੀ ਨਹੀਂ ਕੀਤੀ, ਇਸੇ ਕਰਕੇ ਨਹੀਂ ਕੀਤੀ ਕਿ ਬਹੁਤੀਆਂ ਚੀਜ਼ਾਂ ਪਲਾਂਟਡ ਸੀ, ਬਹੁਤੀਆਂ ਚੀਜ਼ਾਂ ਦੋਵੇਂ ਧੜਿਆਂ ਵੱਲੋਂ, ਇੱਕ ਧੜੇ ਵੱਲੋਂ ਨਹੀਂ, ਦੋਵੇਂ ਧੜਿਆਂ ਵੱਲੋਂ ਪਲਾਂਟ ਹੋ ਰਹੀਆਂ ਸੀ। ਕੋਈ ਕਿਸੇ ਨੂੰ ਡਿਪਟੀ CM ਬਣਾ ਰਿਹਾ ਸੀ, ਕੋਈ ਕਿਸੇ ਨੂੰ ਪ੍ਰਧਾਨ ਬਣਾ ਰਿਹਾ ਸੀ, ਕੋਈ ਮੰਤਰੀਆਂ
ਦੇ ਬਾਰੇ ਕਹਿ ਰਿਹਾ ਸੀ, ਇੱਕ ਬੀਬੀ ਡਿਪਟੀ ਸੀ ਐਮ ਹੋ ਜਾਣਗੇ, ਦਲਿਤਾਂ ਦਾ ਹੋ ਜੂ, ਹਿੰਦੂ ਹੋ ਜੂ, ਇਸ ਤਰ੍ਹਾਂ ਦੀਆਂ ਗੱਲਾਂ ਵੱਡੇ ਪੱਧਰ 'ਤੇ ਪਲਾਂਟ ਵੀ ਹੋਈਆਂ ਨੇ ਦੋਵੇਂ ਪਾਸਿਓਂ, ਇੱਕ ਪਾਸਿਓਂ ਨਹੀਂ, ਇੱਕ ਧੜੇ ਵੱਲੋਂ ਨਹੀਂ। ਤਾਂ ਉਹ ਤੋਂ ਖਬਰ ਬਿਓਂਡ ਇਹ ਸੀ ਕਿ ਕਮੇਟੀ ਕੀ ਕਰਦੀ ਹੈ, ਕਮੇਟੀ ਜਦੋਂ ਇਹਨੂੰ ਦੇਵੇਗੀ ਰਿਪੋਰਟ ਨੂੰ ਉਹਦੇ 'ਚ ਕੀ ਹੋਏਗਾ। ਤਾਂ ਕਮੇਟੀ ਦੀ ਰਿਪੋਰਟ ਜਿਹੜੀ ਇਸ਼ਾਰਾ ਕਰ ਰਹੀ ਹੈ, ਜੋ ਆਪਣੀ ਡਿਸਕਸ਼ਨ ਹੋ ਰਹੀ ਸੀ ਅੱਗੇ, ਹੋਣਾ ਕੀ ਹੈ ਇਹ ਕਾਂਗਰਸ ਹਾਈਕਮਾਨ ਨੇ ਦੇਖਣਾ, ਕੀ ਹੋਣਾ ਕੀ ਨਹੀਂ ਹੋਣਾ, ਕਿਹਦਾ ਫਾਇਦਾ ਕਿਹਦਾ ਨੁਕਸਾਨ, ਕਿਹੜਾ ਧੜਾ ਉੱਪਰ ਕਿਹੜਾ ਅੱਗੇ। ਪਰ ਅਸੀਂ ਉਹ ਸਰਕਮਸਟਾਂਸ ਦੱਸ ਰਹੇ ਹਾਂ ਕਿ ਕਾਂਗਰਸ ਦੀ ਪੋਲੀਟੀਕਲ ਮਟੀਰੀਅਲ ਕੰਡੀਸ਼ਨ ਕੀ ਹੈ। ਕਾਂਗਰਸ ਦੀ ਪੋਲੀਟੀਕਲ ਮਟੀਰੀਅਲ ਕੰਡੀਸ਼ਨ ਇਹ ਕਹਿ ਰਹੀ ਹੈ, ਕਾਂਗਰਸ ਦੀਆਂ ਰਾਜਨੀਤਿਕ ਪਦਾਰਥਕ ਹਾਲਤਾਂ ਇਹ ਕਹਿ ਰਹੀਆਂ ਨੇ ਕਿ ਜ਼ਿਆਦਾਤਰ ਲੋਕ ਕੈਪਟਨ ਦੇ ਖਿਲਾਫ ਭੁਗਤ ਕੇ ਆਏ ਨੇ। ਇਹ ਨਹੀਂ ਕਿ ਉਹਨਾਂ ਨੇ ਅਲਟਰਨੇਟਿਵ ਦੇ ਰੂਪ ਦੇ ਅੰਦਰ ਕਿਸੇ ਇੱਕੋ ਬੰਦੇ ਨੂੰ ਪ੍ਰੋਜੈਕਟ ਕਰਤਾ ਹੋਵੇ, ਇਹ ਵੀ ਨਹੀਂ ਹੋਇਆ ਵੀ ਜਿਵੇਂ ਸਿੱਧੂ ਨੂੰ ਵੀ ਪ੍ਰੋਜੈਕਟ ਕੀਤਾ ਹੋਵੇ ਸਭ ਨੇ, ਇਹ ਵੀ ਨਹੀਂ ਹੋਇਆ ਉੱਥੇ। ਪਰ ਉਹਨਾਂ ਨੇ ਜ਼ਰੂਰ ਕਿਹਾ ਕਿ ਇਸ ਗੱਲ ਨੇ ਸਾਡਾ ਵੱਡਾ ਨੁਕਸਾਨ ਕੀਤਾ, ਸਾਡਾ ਬਹੁਤ ਵੱਡਾ ਨੁਕਸਾਨ ਹੋਇਆ। ਔਰ ਜਿਹੜੇ ਰਾਹੁਲ ਗਾਂਧੀ ਦੇ ਫੋਨ ਗਏ ਨੇ, ਕਹਿੰਦੇ ਉਹਨਾਂ ਨੇ ਵੀ ਇਸ ਗੱਲ ਦੇ ਲਈ ਇੱਕ ਲਾਮਬੰਦੀ ਕੀਤੀ ਹੈ। ਰਾਹੁਲ ਗਾਂਧੀ ਜਿਹੜੇ ਫੋਨ ਆਏ ਉਹਨਾਂ ਨੇ ਲਾਮਬੰਦੀ ਕੀਤੀ, ਯਾਨੀ ਕੈਪਟਨ ਦੇ ਖਿਲਾਫ ਜੇ ਕਹੀਏ, ਸਭ ਨੂੰ ਪਤਾ ਕੈਪਟਨ ਅਤੇ ਰਾਹੁਲ ਦੀ ਨਹੀਂ ਬਣਦੀ, ਇਹ ਵੀ ਇੱਕ ਲਾਮਬੰਦੀ ਕੈਪਟਨ ਦੇ ਖਿਲਾਫ ਉਹਨਾਂ ਫੋਨਾਂ ਜ਼ਰੀਏ ਹੋਈ ਹੈ, ਕਿਉਂਕਿ ਜਦੋਂ ਰਾਹੁਲ ਦੇ ਫੋਨ ਆਉਣ ਲੱਗ ਗਏ ਲੋਕਾਂ ਨੂੰ ਲੱਗਿਆ ਰਾਹੁਲ ਇੰਟਰਸਟ ਲੈ ਰਹੇ ਨੇ, ਤਾਂ ਜ਼ਿਆਦਾਤਰ ਬੋਲਣ ਵਾਲੇ ਲੋਕ ਫਿਰ ਕੈਪਟਨ ਦੇ ਖਿਲਾਫ ਬੋਲ ਕੇ ਆਏ ਨੇ। ਜੀ, ਉਹੀ ਸਵਾਲਾਂ ਦੇ ਵਿੱਚ ਉਹੀ ਸਵਾਲ ਹੈ ਜੋ ਹਰ ਕੋਈ ਜਾਣਨਾ ਵੀ ਚਾਹੁੰਦਾ ਤੇ ਪੁੱਛ ਵੀ ਇਹੀ ਰਿਹਾ ਕਿ ਆਖਰ ਬਣੇਗਾ ਕੀ ਕਾਂਗਰਸ ਦਾ, ਕੈਪਟਨ ਰਹਿਣਗੇ ਜਾਂ ਫਿਰ ਸਿੱਧੂ। ਦੇਖੋ ਹੁਣ ਤੱਕ ਜਿਹੜੇ ਦਾਅਵੇ ਨੇ, ਇੱਕ ਤਾਂ ਰਿਪੋਰਟ ਹੈ, ਇੱਕ ਦਾਅਵੇ ਨੇ, ਰਿਪੋਰਟ 'ਚ ਇਹ ਹੈ ਕਿ ਜ਼ਿਆਦਾਤਰ MLA ਖਿਲਾਫ ਭੁਗਤੇ ਨੇ। ਆਪਾਂ ਇਹ ਪਹਿਲਾਂ ਹੀ ਦੱਸ ਰਹੇ ਸੀ ਆਪਾਂ ਇਹ ਕਿ ਜ਼ਿਆਦਾਤਰ MLA ਬਹੁਤ ਸਾਰੇ ਲੋਕ ਕੈਪਟਨ ਦੇ ਖਿਲਾਫ ਭੁਗਤ ਕੇ ਆਏ ਨੇ, ਕੈਪਟਨ ਦੇ ਬਿਲਕੁਲ ਕਲੋਜ਼, ਕੈਪਟਨ ਦੇ ਬਲੂ ਆਈਡ ਬੋਆਏ ਕੈਪਟਨ ਦੇ ਖਿਲਾਫ ਭੁਗਤ ਕੇ ਆਏ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਾਅਵੇ, ਜੇ ਹੁਣ ਇਸ ਟਾਈਮ ਗੱਲ ਕਰੀਏ, ਜਿਹੜਾ ਕੈਪਟਨ ਕੈਂਪ ਆ, ਕੈਪਟਨ ਕਹਿੰਦੇ ਆ ਇੱਕ ਧੜਾ ਕਹਿ ਰਿਹਾ, ਜਿਹੜਾ ਸਿੱਧੂ ਧੜਾ ਕਹਿ ਲਓ ਜਾਂ ਬਾਗੀ ਧੜਾ ਕਹਿ ਲਓ, ਬਾਗੀ ਧੜਾ ਕਹਿ ਰਿਹਾ ਸਾਡੇ ਕੋਲ 45 MLA ਨੇ ਇਸ ਟਾਈਮ, 45 MLA ਸਾਡੇ ਕੋਲ ਕਾਗਜ਼ 'ਤੇ ਰਿਟਨ ਨੇ। ਇਹ ਗੱਲ ਬਾਗੀ ਧੜੇ ਦੇ ਲੋਕਾਂ ਨਾਲ ਜਦੋਂ ਆਫ ਦੀ ਰਿਕਾਰਡ ਗੱਲ ਕਰਦੇ ਹੋ ਤਾਂ ਬਾਗੀ ਧੜੇ ਦੇ ਲੋਕ ਮੰਨ ਰਹੇ ਨੇ ਸਾਡੇ ਕੋਲ 45 ਲੋਕ ਨੇ, 45 MLA ਨੇ, ਯਾਨੀ ਸਰਕਾਰ 'ਤੇ 59 ਨਾਲ 60 ਨਾਲ ਬਣਦੀ ਹੈ, ਅਤੇ 45 ਸਾਡੇ ਕੋਲ ਨੇ, ਬਾਕੀ ਸਾਡੇ ਨਾਲ ਆ ਜਾਣਗੇ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੈਂਪ ਆ, ਜਿਹੜੇ ਕੈਪਟਨ ਦੇ ਕਲੋਜ਼ ਰਹਿੰਦੇ ਲੋਕ ਨੇ, ਉਹ ਕਹਿੰਦੇ ਆ ਕੈਪਟਨ ਬੇਹੱਦ ਕੌਨਫੀਡੈਂਟ ਨੇ, ਕੈਪਟਨ ਬਹੁਤ ਹੀ ਆਤਮ ਵਿਸ਼ਵਾਸ ਨਾਲ ਭਰੇ ਪਏ ਨੇ। ਕੈਪਟਨ ਕਹਿੰਦੇ ਆ 40 ਜਿਹੜੇ MLA ਨੇ ਉਹ ਸਾਡੇ ਪੂਰੇ ਨੇ, ਉਹਦੇ ਤੋਂ ਬਿਨਾਂ ਵੀ ਬਾਕੀ ਮਾਹੌਲ ਦੇ ਮੁਤਾਬਕ ਸਾਡੇ ਨਾਲ ਖੜ੍ਹੇ ਹੋਣਗੇ। ਔਰ ਕੈਪਟਨ ਕੋਲ ਜਦੋਂ ਵੀ ਜਾਂਦੇ ਨੇ, ਜਿਵੇਂ MP ਨੇ, ਜਿਹੜੇ MP ਜ਼ਿਆਦਾਤਰ ਕੈਪਟਨ ਦੇ ਨਾਲ ਨੇ, ਜਿਹੜੇ ਹੋਰ ਨੇ ਉਹਨਾਂ 'ਚ ਬਹੁਤ ਸਾਰੇ ਲੋਕ ਜਿਹੜੇ ਕੈਪਟਨ ਕੋਲ ਜਾਂਦੇ ਨੇ, ਉਹਨਾਂ ਨਾਲ ਸਾਡੀ ਗੱਲ ਹੋਈ, ਇੱਕ ਨਾਲ ਨਹੀਂ ਬਹੁਤ ਸਾਰੇ ਲੋਕਾਂ ਨਾਲ, ਜਿਵੇਂ MP 'ਚੋਂ ਕੁਛ ਲੋਕਾਂ ਨਾਲ ਗੱਲ ਹੋਈ, ਕੁਛ ਮੰਤਰੀਆਂ 'ਚੋਂ ਗੱਲ ਹੋਈ, ਕੁਛ ਕਾਂਗਰਸ ਦੇ ਵਿੱਚੋਂ ਜਿਹੜੇ ਲੋਕ ਹੋਰ ਜਾ ਰਹੇ ਨੇ ਕੈਪਟਨ ਦੇ ਕਰੀਬੀ ਨੇ, ਉਹਨਾਂ ਦੇ ਨੇੜੇ ਤੇੜੇ ਰਹਿਣ ਵਾਲੇ ਲੋਕ, ਉਹਨਾਂ 'ਚੋਂ ਵੀ ਉਹ ਸਾਰੇ ਕਹਿ ਰਹੇ ਨੇ ਕਿ ਕੈਪਟਨ ਦਾ ਜਿਹੜਾ ਆਤਮ ਵਿਸ਼ਵਾਸ ਆ ਉਹ ਬੜਾ ਜ਼ਬਰਦਸਤ ਹੈ। ਕੈਪਟਨ ਨੂੰ ਲੱਗਦਾ ਹੀ ਨਹੀਂ ਹੈ ਕਿ ਕੋਈ ਗੜਬੜ ਹੋਏਗੀ ਜਾਂ ਜਿਹੜੀ ਚੇਂਜ ਹੋਣੀ ਹੈ ਉਹਨਾਂ ਦੇ ਮੁਤਾਬਕ ਨਹੀਂ ਹੋਏਗੀ। ਜੇ ਕੋਈ ਚੇਂਜ ਹੋਏਗੀ ਵੀ ਉਹਨਾਂ ਨੂੰ ਲੱਗਦਾ ਮੇਰੇ ਮੁਤਾਬਕ ਕੋਈ ਖਾਨਾ ਪੂਰਤੀ ਹੋ ਜਾਏਗੀ। ਪਰ ਰਿਪੋਰਟ ਕੁਛ ਹੋਰ ਇਸ਼ਾਰਾ ਕਰ ਰਹੀ ਹੈ, ਜਿਹੜਾ ਬਾਗੀ ਧੜਾ ਉਹ ਇੰਨਾ ਕੌਨਫੀਡੈਂਟ ਆ, ਦੋਨੇ ਪਾਸੇ ਇੰਨਾ ਆਤਮ ਵਿਸ਼ਵਾਸ ਆ, ਦੋਨਾਂ ਉਹਨਾਂ ਨਾਲ ਗੱਲ ਕਰੋ, ਕਹਿੰਦੇ ਜੋ ਅਸੀਂ ਕਹਿ ਰਹੇ ਹਾਂ ਜੋ ਉਹ ਸੱਚ ਹੈ, ਜੋ ਅਸੀਂ ਕਹਿ ਰਹੇ ਹਾਂ ਸੱਚ ਹੈ। ਇੱਧਰੋਂ ਕੈਪਟਨ ਵਾਲੇ ਧੜੇ ਨਾਲ ਗੱਲ ਕਰੋ, ਉਹ ਕਹਿੰਦੇ ਇਹ ਸੱਚ ਨਹੀਂ ਆ, ਆਹ ਸੱਚ ਆ। ਤਾਂ ਇਸ ਕਸ਼ਮਕਸ਼ ਦੇ ਅੰਦਰ ਕਾਂਗਰਸ ਉਲਝੀ ਹੋਈ ਹੈ, ਇਸੇ ਕਰਕੇ ਕਾਂਗਰਸ ਦਾ ਨੁਕਸਾਨ ਵੀ ਹੋਇਆ। ਪਰ ਇਹ ਪੱਕਾ ਮੰਨਿਆ ਜਾ ਰਿਹਾ ਕਾਂਗਰਸ ਚੇਂਜ ਹੋਏਗੀ, ਕਾਂਗਰਸ 'ਚ ਪੱਕਾ ਬਦਲਾਅ ਹੋਏਗਾ। ਕੀ ਬਦਲਾਅ ਹੋਏਗਾ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਤਾਂ ਪੋਸਟਰ ਵਾਰ ਵੀ ਜਿਹੜੀ ਉਹ ਸ਼ੁਰੂ ਹੋ ਗਈ ਹੈ, ਕਿਤੇ ਸਿੱਧੂ ਦੇ ਨਾਲ ਹੱਕ ਦੇ ਵਿੱਚ ਲੱਗ ਰਹੇ ਨੇ ਪੋਸਟਰ, ਅਤੇ ਕਿਤੇ ਕੈਪਟਨ ਦੇ ਖਿਲਾਫ਼। ਅਤੇ ਗੱਲ ਕਰੀਏ ਚਰਚਾਵਾਂ ਨੇ ਕਿ ਕੁਝ ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਕੈਪਟਨ ਨਾਲ ਨੇ, ਅਤੇ ਕੁਝ ਨੇ ਜਿਹੜੇ ਉਹ ਸਿੱਧੂ ਨਾਲ ਨੇ, ਇਹ ਕਿਹੜੇ ਕਿਹੜੇ ਮੰਤਰੀ ਅਤੇ ਵਿਧਾਇਕ ਨੇ? ਪੋਸਟਰ ਵਾਰ 'ਤੇ ਦੋਵਾਂ ਧੜਿਆਂ ਦੇ ਜਿਹੜੇ ਹੁੰਦੇ ਆ ਨਾ, ਪੋਸਟਰ 'ਤੇ ਬੰਦਿਆਂ ਨੂੰ ਦੱਸ ਕੇ ਵੀ ਨਹੀਂ ਲਾਏ ਜਾਂਦੇ, ਚਾਹੇ ਉਹ ਕੈਪਟਨ ਦੇ ਪੋਸਟਰ ਨੇ ਜਾਂ ਸਿੱਧੂ ਦੇ ਪੋਸਟਰ ਨੇ, ਜਿਹੜੇ ਥੱਲੇ ਵੀ ਲਵਾ ਦਿੰਦੇ ਨੇ, ਜਿਨ੍ਹਾਂ ਤੋਂ ਲਵਾਏ ਵੀ ਜਾਂਦੇ ਨੇ। ਬਹੁਤ ਸਾਰੇ ਬਿਆਨ ਦਵਾਏ ਗਏ, ਸਾਨੂੰ ਪਤਾ ਇਹ ਗੱਲ, ਬਹੁਤ ਸਾਰੇ ਇਸ਼ਤਿਹਾਰ ਛਪਾਏ ਗਏ, ਬਹੁਤ ਸਾਰੇ ਬੋਰਡ ਲਾ ਦਿੱਤੇ ਗਏ। ਬੋਰਡ ਲੱਗਣ ਵਾਲਿਆਂ ਨੂੰ ਬਾਅਦ 'ਚੋਂ ਪਤਾ ਲੱਗਿਆ ਕਿ ਮੇਰਾ ਹੀ ਬੋਰਡ ਲੱਗਿਆ ਪਿਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਵਿਦ ਇਨ ਕਾਂਗਰਸੀ ਨੇ, ਦੋਵਾਂ ਪਾਸੇ ਅਸੀਂ ਗੱਲ ਕਰਦੇ ਹਾਂਗੇ, ਦੋਵੇਂ ਪਾਸਿਓਂ ਹੀ ਰਾਜਨੀਤੀ ਹੁੰਦੀ ਹੈ, ਮਾਹੌਲ ਬਣਾਉਣ ਦੀ ਰਾਜਨੀਤੀ ਹੁੰਦੀ ਹੈ। ਦੇਖੋ ਰਾਜਨੀਤੀ 'ਚ ਮਾਹੌਲ ਸਭ ਕੁਝ ਹੁੰਦਾ, ਰਾਜਨੀਤੀ 'ਚ ਹੀ ਨਹੀਂ ਸਮਾਜ 'ਚ ਵੀ ਮਾਹੌਲ ਹੀ ਸਭ ਕੁਝ ਹੁੰਦਾ। ਜੇ ਮਾਹੌਲ ਬਣ ਗਿਆ ਤਾਂ ਤੁਸੀਂ ਕੁਝ ਵੀ ਕਰ ਦਿਓ, ਜੇ ਮਾਹੌਲ ਨਹੀਂ ਬਣਿਆ ਤਾਂ ਤੁਹਾਡੇ ਲਈ ਬੜਾ ਨੁਕਸਾਨ ਹੁੰਦਾ। ਤਾਂ ਮਾਹੌਲ ਬਣਾਉਣ ਲਈ ਦੋਵੇਂ ਲੱਗੇ ਹੋਏ ਨੇ। ਪਰ ਸਭ ਤੋਂ ਖਤਰਨਾਕ ਗੱਲ ਕੀ ਹੈ ਕਿ ਹਾਈਕਮਾਨ ਨੇ ਫਿਰ ਲੋਕਾਂ ਨੂੰ ਬੁਲਾਇਆ, ਔਰ ਉਹੀ ਲੀ ਮੀਰਡਨ ਹੋਟਲ ਵਾਲੇ, ਜਿਹੜੇ ਲੀ ਮੀਰਡਨ ਬਹੁਤ ਵੱਡਾ ਹੋਟਲ ਹੈ, ਦਿੱਲੀ ਦਾ 5-star ਹੋਟਲ ਆ, ਬਹੁਤ ਵੱਡਾ ਹੋਟਲ ਹੈ, ਸਭ ਤੋਂ ਵੱਡੇ ਜਿਹੜੇ ਹੋਟਲ ਨੇ, ਜਿਹੜੇ MLA ਉੱਥੇ ਰਹੇ ਨੇ, ਜਿਹੜੇ ਮੰਤਰੀ ਉੱਥੇ ਰਹੇ ਨੇ, ਉਹੀ ਕਹਿੰਦੇ ਆ ਕਿ 45 ਬੰਦੇ ਸਾਡੇ ਨਾਲ ਨੇ। ਜਿਹੜੇ ਲੀ ਮੀਰਡਨ ਵਾਲੇ ਜਿੰਨੇ ਵੀ ਲੋਕ ਨੇ ਉਹ ਹੋਟਲ ਵਾਲੇ, ਉਹਨਾਂ 'ਚੋਂ ਹੀ ਦੁਬਾਰਾ ਬੁਲਾਏ ਗਏ, ਯਾਨੀ ਕੈਪਟਨ ਦਾ ਬਾਗੀ
ਉਹਦੇ ਤੋਂ ਬਿਨਾਂ ਵੀ ਬਹੁਤ ਸਾਰੇ ਲੋਕ ਹਾਈਕਮਾਨ ਬੁਲਾ ਰਹੀ ਹੈ। ਇਹਦੇ ਤੋਂ ਵੀ ਕੈਪਟਨ ਜਿਹੜਾ ਧੜਾ ਉਹਨੂੰ ਇਹ ਲੱਗਦਾ, ਕੈਪਟਨ ਧੜੇ 'ਚ ਵੀ ਬੜਾ ਸਸਪੈਂਸ ਆ, ਯਾਨੀ ਕੈਪਟਨ ਅਮਰਿੰਦਰ ਸਿੰਘ 'ਚ ਸਸਪੈਂਸ ਹੈ ਜਾਂ ਨਹੀਂ ਹੈ ਇਹ ਤਾਂ ਪਤਾ ਨਹੀਂ। ਜਿਹੜਾ ਉਹਨਾਂ ਦਾ ਧੜਾ ਜਿਹਨਾਂ ਦੇ ਧੜੇ ਨਾਲ ਗੱਲ ਕਰੀ ਦੀ ਹੈ ਤਾਂ ਉਹ ਕਹਿੰਦੇ ਕਿ ਇਹ ਕੀ ਹੋ ਰਿਹਾ, ਸਾਨੂੰ ਸਮਝ ਨਹੀਂ ਆ ਰਿਹਾ, ਯਾਨੀ ਉਹਨਾਂ ਤੋਂ ਡੀਕੋਡ ਨਹੀਂ ਹੋ ਰਿਹਾ ਕਿ ਇਹ ਗੱਲ ਕਹਾਣੀ ਕੀ ਹੈ, ਕਿ ਕਿਉਂ ਹਾਈਕਮਾਨ ਉਹਨਾਂ ਨੂੰ ਸੱਦ ਰਹੀ ਹੈ। ਤਾਂ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਆ ਕਿ ਜਿਹੜੇ ਉਹ ਲੋਕਾਂ ਨੂੰ ਦੁਬਾਰਾ ਸੱਦਿਆ ਗਿਆ, ਇਹ ਜ਼ਰੂਰ ਕੋਈ ਕਹਾਣੀ। ਇੱਕ ਪਾਸੇ ਕੈਪਟਨ ਮੀਟਿੰਗਾਂ 'ਤੇ ਮੀਟਿੰਗਾਂ, ਕਦੇ MLAs ਨਾਲ ਮੀਟਿੰਗਾਂ, ਕਦੇ ਮੰਤਰੀਆਂ ਨਾਲ ਮੀਟਿੰਗਾਂ, ਜਿਹੜੇ ਜਿਹੜੇ ਉਹਨਾਂ ਦੇ ਕਲੋਜ਼ ਨੇ, ਚਾਹੇ MPs ਨਾਲ ਮੀਟਿੰਗਾਂ, ਰੋਜ਼ ਫੋਟੋਆਂ ਰਿਲੀਜ਼ ਹੁੰਦੀਆਂ ਨੇ। ਹੁਣ ਫੋਟੋਆਂ ਦੀ ਰਾਜਨੀਤੀ ਹੋ ਰਹੀ ਹੈ, ਪੋਸਟਰਾਂ ਦੀ ਰਾਜਨੀਤੀ ਹੋ ਰਹੀ ਹੈ, ਯਾਨੀ ਇੱਕ ਮੈਸੇਜ ਦਿੱਤਾ ਜਾਵੇ ਮੈਂ ਸਟਰੋਂਗ ਆ, ਉਹ ਕਹਿੰਦਾ ਮੈਂ ਸਟਰੋਂਗ ਆ, ਤਾਂ ਇਹ ਸਾਰੀ ਲੜਾਈ ਚੱਲ ਰਹੀ ਹੈਗੀ। ਪਰ ਉਹਦੇ ਦਰਮਿਆਨ ਕੈਪਟਨ ਕੈਂਪ 'ਚ ਵੀ ਇਹ ਗੱਲ ਨੂੰ ਲੈ ਕੇ ਬੜਾ ਸਸਪੈਂਸ ਹੈ ਕਿ ਇਹ ਕੀ ਗੱਲ। ਸਾਰਾ ਕੁਛ ਤਾਂ ਖਤਮ ਹੋ ਗਿਆ ਸੀ, ਕਮੇਟੀ ਨੇ ਰਿਪੋਰਟ ਦਿੱਤੀ, ਕਮੇਟੀ ਦੇ ਰਿਕਾਰਡ ਕਰਨ ਤੋਂ ਬਾਅਦ ਵੀ ਇਹ ਲੋਕ ਜਾ ਕੇ ਕਿਉਂ ਮਿਲੇ ਨੇ ਹਾਈਕਮਾਨ ਨੂੰ, ਕਿਹਨੂੰ ਕਿਹਨੂੰ ਮਿਲੇ ਨੇ ਇਹ ਨਹੀਂ ਪਤਾ ਲੱਗਿਆ, ਪਰ ਦਿੱਲੀ ਜਾ ਕੇ ਉਹ ਵੱਡੇ ਲੀਡਰਾਂ ਨੂੰ ਮਿਲੇ ਨੇ, ਯਾਨੀ ਕੈਪਟਨ ਦੇ ਐਂਟੀ ਕੈਂਪ ਦੇ ਲੋਕ ਜਾ ਕੇ ਦੁਬਾਰਾ ਮਿਲੇ ਨੇ, ਉਹਨਾਂ ਨੂੰ ਸੱਦਿਆ ਗਿਆ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ। ਤਾਂ ਇਹ ਕਹਾਣੀ ਵੀ ਬਹੁਤ ਕੁਛ ਕਹਿ ਰਹੀ ਹੈ ਕਿ ਚੇਂਜ ਕਿਸ ਤਰ੍ਹਾਂ ਦੀ ਹੋਏਗੀ, ਕੀ ਹੋਏਗੀ ਪਤਾ ਨਹੀਂ। ਸਕ੍ਰਿਪਟਾਂ ਬਹੁਤ ਸਾਰੀਆਂ ਕਹਿੰਦੇ ਲਿਖੀਆਂ ਗਈਆਂ ਸੀ, ਸਕ੍ਰਿਪਟਾਂ ਟਾਈਮ ਟਾਈਮ 'ਤੇ ਚੇਂਜ ਹੁੰਦੇ ਰਹੇ, ਅਸੀਂ ਪਹਿਲੇ ਦਿਨ ਹੀ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ ਨੇ, ਉਹ ਸਕ੍ਰਿਪਟਾਂ ਦਾ ਅੱਗੇ ਕੀ ਬਣੇਗਾ ਪਤਾ ਨਹੀਂ, ਪਰ ਉਹ ਸਕ੍ਰਿਪਟਾਂ 'ਚ ਚੇਂਜ ਜ਼ਰੂਰ ਹੋਈ ਹੈ। ਸਾਡੇ ਸੂਰਜ ਦੱਸਦੇ ਆ ਕਿ ਸਕ੍ਰਿਪਟਾਂ ਲਿਖੀਆਂ ਗਈਆਂ, ਚੇਂਜ ਹੋਏ, ਬਹੁਤ ਸਾਰੀਆਂ ਕਹਾਣੀਆਂ ਬੁਣੀਆਂ ਗਈਆਂ, ਕਦੇ ਕਹਾਣੀ ਇੱਧਰ ਨੂੰ ਚਲੇ ਗਈ, ਕਦੇ ਕਹਾਣੀ ਇੱਧਰ ਨੂੰ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਬਹੁਤ ਸਾਰਾ ਕੁਛ ਕੀਤਾ ਗਿਆ। ਪਰ ਹੁਣ ਉਹ ਸਕ੍ਰਿਪਟ ਅਖੀਰ ਦੇ ਅੰਦਰ ਕਿਹਨੂੰ ਹੀਰੋ ਲਾਣੇਗੀ ਅਤੇ ਕਿਹਨੂੰ ਖਲਨਾਇਕ, ਇੱਕ ਨਾਇਕ ਹੋਏਗਾ, ਇੱਕ ਖਲਨਾਇਕ ਹੋਏਗਾ, ਇੱਕ ਧੜੇ ਦੀ ਗੱਲ ਕਰੀਏ, ਇੱਕ ਧੜਾ ਹੋਏਗਾ ਨਾਇਕ, ਇੱਕ ਧੜਾ ਹੋਏਗਾ ਖਲਨਾਇਕ। ਹੁਣ ਜਦੋਂ ਚੇਂਜਸ ਹੋਣਗੀਆਂ ਉਹ ਤੋਂ ਪਤਾ ਲੱਗੇਗਾ ਕਿ ਕਿਹੜਾ ਧੜਾ ਨਾਇਕ ਆ ਅਤੇ ਕਿਹੜਾ ਖਲਨਾਇਕ। ਕੀ ਲੱਗਦਾ ਕਿ ਸਭ ਦੇ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹ ਸੀਐਮ ਕੈਪਟਨ ਦੇ ਨਾਲ ਨੇ ਅਤੇ ਉਹਨਾਂ ਦੀਆਂ ਟੀਮਾਂ ਇੱਥੇ ਆ ਚੁੱਕੀਆਂ? ਦੇਖੋ ਇਹ ਖਬਰਾਂ ਵੀ ਲੱਗੀਆਂ ਕਿ ਪ੍ਰਸ਼ਾਂਤ ਕਿਸ਼ੋਰ ਦੀਆਂ ਟੀਮਾਂ ਆ ਗਈਆਂ, ਟੀਮਾਂ ਤਾਂ ਪ੍ਰਸ਼ਾਂਤ ਕਿਸ਼ੋਰ ਦੀਆਂ ਸ਼ਾਇਦ ਨਹੀਂ ਪਤਾ ਹੋਣਾ ਬਹੁਤ ਸਾਰੇ ਲੋਕਾਂ ਨੂੰ, ਪਹਿਲਾਂ ਦੀਆਂ ਆਈਆਂ ਹੋਈਆਂ ਨੇ, ਪ੍ਰਸ਼ਾਂਤ ਕਿਸ਼ੋਰ ਦੀਆਂ ਟੀਮਾਂ ਕੋਈ ਨਵੀਆਂ ਨਹੀਂ ਆਈਆਂ। ਪ੍ਰਸ਼ਾਂਤ ਕਿਸ਼ੋਰ ਦੀਆਂ ਟੀਮਾਂ ਲਗਭਗ ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਮੈਂ ਕਹਿ ਸਕਦਾ ਕਿ ਇੱਥੇ ਨੇ। ਪ੍ਰਸ਼ਾਂਤ ਕਿਸ਼ੋਰ ਦੀਆਂ ਟੀਮਾਂ ਵੱਖ ਵੱਖ ਲੋਕਾਂ ਨੂੰ ਕਿਉਂਕਿ ਮਿਲ ਰਹੀਆਂ ਨੇ, ਆਪਣਾ ਰਾਜਨੀਤਿਕ ਲੈਵਲ ਦੇ ਉੱਤੇ ਇੱਕ ਸਮਝ ਬਣਾ ਰਹੀਆਂ ਨੇ, ਅਤੇ ਉਹ ਜਿਹੜਾ ਉਹਨਾਂ ਦਾ ਕੰਮ ਆ ਉਹ ਕਰ ਰਹੀਆਂ ਨੇ, ਲੀਡਰਾਂ ਕੋਲ ਜਾ ਰਹੇ ਨੇ, ਜਿਹੜਾ ਲੀਡਰਾਂ ਦਾ ਕੰਮ ਉਹਨਾਂ ਨੇ ਕਰਨਾ ਹੁੰਦਾ ਉਹਨਾਂ ਕੋਲ ਜਾ ਕਹਿ ਰਹੇ ਨੇ ਕਿ ਤੁਸੀਂ ਸਾਡੇ ਕੋਲੋਂ ਕੰਮ ਲਓ, ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ। ਪਰ ਸਵਾਲ ਪ੍ਰਸ਼ਾਂਤ ਕਿਸ਼ੋਰ ਦਾ, ਜਿਹੜੇ ਉੱਥੇ ਕਹਿ ਚੁੱਕੇ ਨੇ ਕਿ ਮੈਂ ਇਸ ਤਰ੍ਹਾਂ ਦੀ ਗੱਲ 'ਚ ਨਹੀਂ ਆਵਾਂਗਾ, ਮੈਂ ਹੁਣ ਆਪਣੀ ਚੁਆਇਸ ਨਾ ਕਰਾਂਗਾ ਜੋ ਵੀ। ਪ੍ਰਸ਼ਾਂਤ ਕਿਸ਼ੋਰ ਨਹੀਂ ਆਏ, ਪ੍ਰਸ਼ਾਂਤ ਕਿਸ਼ੋਰ ਕੈਪਟਨ ਨਾਲ ਹਨ ਜਾਂ ਨਹੀਂ ਹੈ ਕਿਸੇ ਨੂੰ ਨਹੀਂ ਪਤਾ, ਇਹ ਕੈਪਟਨ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਂਤ ਕਿਸ਼ੋਰ ਨੂੰ ਪਤਾ ਹੋ ਸਕਦਾ ਜਾਂ ਰਾਹੁਲ ਨੂੰ ਪਤਾ ਹੋ ਸਕਦਾ, ਪਰ ਪ੍ਰਸ਼ਾਂਤ ਕਿਸ਼ੋਰ ਇੱਥੇ ਨਹੀਂ ਆਏ। ਇਹ ਟੀਮਾਂ ਨੇ, ਆਈਪੈਕ ਜਿਹੜੀ ਉਹਨਾਂ ਦੀ ਕੰਪਨੀ ਹੈ ਪ੍ਰਸ਼ਾਂਤ ਕਿਸ਼ੋਰ ਦੀ, ਆਈਪੈਕ 'ਤੇ ਕੁਛ ਵੀ ਕਰ ਸਕਦੀ ਹੈ ਨਾ, ਆਈਪੈਕ 'ਤੇ ਕਿਸੇ ਦਾ ਕੰਮ ਵੀ ਕਰ ਸਕਦੀ, ਉਹ ਤਾਂ ਉਹਨਾਂ ਦੇ ਮੁਲਾਜ਼ਮ ਨੇ, ਉਹਨਾਂ ਦੇ ਮੁਲਾਜ਼ਮ ਤਾਂ ਕਿਤੇ ਵੀ ਘੁੰਮ ਸਕਦੇ ਨੇ, ਪਰ ਜਿਹੜਾ ਦਿਮਾਗ ਹੈ, ਜਿਹੜਾ ਪੂਰੀ ਗੇਮ ਨੂੰ ਘੁਮਾਉਂਦਾ ਪ੍ਰਸ਼ਾਂਤ ਕਿਸ਼ੋਰ, ਜਾਂ ਜਿਹਦੀ ਇਹ ਮਹਾਰਤ ਮੰਨੀ ਜਾਂਦੀ ਹੈ, ਹਾਲਾਂਕਿ ਰਾਜਨੀਤੀ 'ਚ ਮੇਰਾ ਇਹ ਮੰਨਣਾ ਰਾਜਨੀਤੀ ਸਭ ਤੋਂ ਵੱਡਾ ਲੀਡਰ ਹੁੰਦਾ, ਬ੍ਰੈਂਡਿੰਗ ਲੀਡਰ ਦੀ ਹੁੰਦੀ ਹੈ, ਜੇ ਲੀਡਰ ਹੀ ਨਹੀਂ ਹੋਊ ਬ੍ਰੈਂਡਿੰਗ ਕਰਕੇ ਨਹੀਂ ਤੁਸੀਂ ਕੁਛ ਕਰ ਸਕਦੇ। ਜਿਹੜੇ ਇਹ ਹੁੰਦੇ ਨਾ ਕਿ ਤੁਸੀਂ ਇੱਧਰੋਂ ਇਹ ਕਰ ਲਓ ਇੱਧਰੋਂ ਇਹ ਕਰ ਲਓ ਸਰਕਾਰ ਆ ਜੂ, ਐਂ ਨਹੀਂ ਹੁੰਦਾ, ਸਭ ਤੋਂ ਵੱਡੀ ਤਾਕਤ ਰਾਜਨੀਤੀ ਹੁੰਦੀ ਹੈ, ਰਾਜਨੀਤੀ ਰਾਜਨੀਤੀ ਹੁੰਦੀ ਹੈ, ਅਤੇ ਰਾਜਨੀਤੀ 'ਚ ਰਾਜਨੇਤਾ ਜਿਹੜਾ ਲੀਡਰ ਹੁੰਦਾ ਉਹ ਸਭ ਤੋਂ ਇੰਪੋਰਟੈਂਟ ਹੁੰਦਾ, ਉਹਦੇ ਆਲੇ ਦੁਆਲੇ ਗੇਮ ਘੁੰਮਣੀ ਹੁੰਦੀ ਹੈ, ਸੋਸ਼ਲ ਮੀਡੀਆ ਜਾਂ ਜਿਹੜੀ ਮੈਨੇਜਮੈਂਟ ਵਾਲੀ ਗੇਮ ਹੈ, ਇਕੱਲੀ ਨਹੀਂ ਕੁਛ ਕਰ ਸਕਦੀ। ਤਾਂ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਇੱਥੇ ਨਹੀਂ ਆ, ਪਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਇੱਥੇ ਆ, ਜਾਂ ਕਹਿ ਦਈਏ ਪ੍ਰਸ਼ਾਂਤ ਕਿਸ਼ੋਰ ਦੇ ਮੁਲਾਜ਼ਮ ਇੱਥੇ ਨੇ, ਪ੍ਰਸ਼ਾਂਤ ਕਿਸ਼ੋਰ ਦੇ ਨੌਕਰ ਇੱਥੇ ਨੇ ਜੇ ਕਹਿਣਾ ਹੋਵੇ, ਤਾਂ ਨੌਕਰਾਂ ਨੂੰ ਪ੍ਰਸ਼ਾਂਤ ਕਿਸ਼ੋਰ ਨਾਲ ਨਹੀਂ ਤੁਸੀਂ ਮਿਲਾ ਸਕਦੇ। ਪਰ ਖਬਰਾਂ ਛਪੀਆਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਸਾਂਭ ਲਿਆ, ਇਹ ਕੀਤਾ ਉਹ ਕੀਤਾ, ਪ੍ਰਸ਼ਾਂਤ ਕਿਸ਼ੋਰ ਨੇ ਅਜੇ ਤੱਕ ਉਸ ਤਰ੍ਹਾਂ ਦੀ ਕੋਈ ਲੱਗਦਾ ਨਹੀਂ, ਤਾਂ ਗੇੜਾ ਮਾਰਦੇ ਪ੍ਰਸ਼ਾਂਤ ਕਿਸ਼ੋਰ ਨੇ ਕੋਈ ਵੀ ਚੱਕਰ ਇੱਥੇ ਨਹੀਂ ਮਾਰਿਆਗਾ। ਜਿਵੇਂ ਪਹਿਲਾਂ ਕਾਂਗਰਸ ਦੇ ਵਿੱਚ ਫਾਈਲਾਂ ਖੁੱਲੀਆਂ ਸੀ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਫਾਈਲਾਂ ਦੀ ਰਾਜਨੀਤੀ ਜਿਹੜੀ ਹੈ ਮੁੜ ਹੋ ਸਕਦੀ ਹੈ? ਆਪਾਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਖਲਾਰੇ ਪਏ ਨੇ, ਰੌਲਾ ਪਿਆ, ਸਭ ਤੋਂ ਪਹਿਲਾਂ ਆਪਾਂ ਇਹ ਦੱਸਿਆ ਸੀ ਕਿ ਫਾਈਲਾਂ ਖੁੱਲ ਚੁੱਕੀਆਂ ਨੇ, MLAs ਦੀਆਂ ਫਾਈਲਾਂ, ਮੰਤਰੀਆਂ ਦੀਆਂ ਫਾਈਲਾਂ, ਉਹ ਤੋਂ ਬਾਅਦ ਆਪਾਂ ਧੜਾ ਧੜ ਦੇਖਿਆ। ਹੁਣ ਤਾਂ ਸੁਖਵਿੰਦਰ ਸਰਕਾਰੀਆ ਦੇ ਮਸਲੇ 'ਚ ਵੀ ਕਾਰਵਾਈ ਹੋ ਰਹੀ ਹੈ, ਜਿਹੜੇ ਸਭ ਤੋਂ ਖਾਸ ਹੁੰਦੇ ਸੀ ਕੈਪਟਨ ਦੇ, ਸੁਖਵਿੰਦਰ ਸਰਕਾਰੀਆ ਮਤਲਬ ਅਤੇ ਕੈਪਟਨ ਅਤੇ ਸੁਖਵਿੰਦਰ ਸਰਕਾਰੀਆ ਇਕੁਅਲ, ਕੈਪਟਨ ਇਕੁਅਲ ਸੁਖਵਿੰਦਰ ਸਰਕਾਰੀ ਆਏ ਹੁੰਦੇ ਸੀ, ਅਤੇ ਹੁਣ ਉਹੀ ਸੁਖਵਿੰਦਰ ਸਰਕਾਰੀਆ ਦੇ ਉੱਤੇ ਦੇ ਵਿਭਾਗ ਦੇ ਅੰਦਰ ਇੱਕ ਇਨਕੁਆਇਰੀ ਚੱਲ ਰਹੀ ਹੈਗੀ, ਹੈ ਨਾ, ਉਹਦੇ 'ਤੇ ਚਰਚਾ ਚੱਲ ਰਹੀ ਆ, ਹੋਰ ਕਿੰਨੇ ਲੋਕਾਂ ਦੀਆਂ ਫਾਈਲਾਂ ਖੋਲੀਆਂ ਗਈਆਂ, ਤਾਂ ਫਾਈਲਾਂ ਖੋਲਣ ਦੀ ਰਾਜਨੀਤੀ ਹੋਏਗੀ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇ ਕੋਈ ਮੇਜਰ ਚੇਂਜ ਕੀਤੀ ਜਾਂਦੀ ਹੈ, ਜਿਵੇਂ ਕਿਹਾ ਜਾ ਰਿਹਾ ਕਿ
ਕਿ ਕੈਪਟਨ ਅਮਰਿੰਦਰ ਸਿੰਘ ਵੀ ਸਾਰੇ ਖੁਲਾਸੇ ਕਰਨਗੇ, ਜਿਵੇਂ ਅੱਜ ਸਵਾਲ ਹੋਇਆ, ਫਾਈਲਾਂ ਵਾਲਾ ਸਵਾਲ ਹੀ ਹੋ ਰਿਹਾ ਸੀਗਾ ਕਿ ਇਨਕੁਆਇਰੀਆਂ ਹੋ ਰਹੀਆਂ, ਤਾਂ ਪ੍ਰਗਟ ਨੇ ਕਿਹਾ ਕਿ 4 ਸਾਲ ਤੋਂ ਕਿਉਂ ਨਹੀਂ ਖੁੱਲੀਆਂ, ਉਹਦੀ ਖੁੱਲ ਜਾਂਦੀਆਂ, ਅਤੇ ਬਹੁਤੇ ਲੋਕ ਕਹਿੰਦੇ ਨੇ ਕਿ ਜੇ ਉਹਨਾਂ ਦੀਆਂ ਫਾਈਲਾਂ ਖੁੱਲਣਗੀਆਂ ਉਹ ਵੀ ਖੁੱਲ ਸਕਦੇ ਨੇ, ਜੇ ਉਹ ਖੁੱਲ ਗਏ ਕਹਿੰਦੇ ਸਾਰਾ ਕੁਛ ਹੀ ਖੁੱਲ ਜਾਣਾ, ਯਾਨੀ ਉਹ ਖੁੱਲਣ ਦਾ ਮਤਲਬ ਉਹ ਤਾਂ ਫਿਰ CMO ਤੋਂ ਲੈ ਕੇ ਥੱਲੇ ਕੀ ਹੋ ਰਿਹਾ ਸਾਰੇ ਕਿਤੇ ਪੂਰੀ ਸਰਕਾਰ 'ਚ ਜਿਹਨੂੰ ਟਾਰਗੇਟ ਕੀਤਾ ਜਾਏਗਾ, ਜੋ ਬੋਲਣਾ ਸ਼ੁਰੂ ਕਰ ਦਿਉ ਇੱਕ ਬੰਦਾ ਕਿ ਮੈਨੂੰ ਪਤਾ ਕੀ ਹੋ ਰਿਹਾ ਹੈਗਾ ਸਾਰੇ ਕਿਤੇ, ਕਾਂਗਰਸ ਦੀ ਸਰਕਾਰ ਚੱਲੀ ਕਿਵੇਂ ਆ, ਤਾਂ ਸਰਕਾਰਾਂ ਕਿਵੇਂ ਚੱਲਦੀਆਂ ਨੇ ਸਭ ਨੂੰ ਪਤਾ ਹੈਗਾ, ਤਾਂ ਜੇ ਕੋਈ ਇੱਕ ਟਾਰਗੇਟ ਹੋਏਗਾ ਜੋ ਬਾਕੀਆਂ ਨੂੰ ਟਾਰਗੇਟ ਕਰਕੇ ਪੂਰੇ ਖਿਲਾਰੀ ਪਾ ਦੇਗਾ ਕਿ ਆਹ ਹੁੰਦਾ ਸੀਗਾ, ਤਾਂ ਇਹ ਵੀ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ, ਚਰਚਾਵਾਂ ਨੇ, ਹੋਣਾ ਕੀ ਹੈ ਜਿਵੇਂ ਆਪਾਂ ਪਹਿਲਾਂ ਹੀ ਕਹਿ ਰਹੇ ਹਾਂ, ਆਪੋ ਆਪਣੇ ਦਾਅਵੇ ਨੇ, 40-45 ਦੀ ਗੇਮ ਚੱਲ ਰਹੀ ਹੈ, ਹਾਲਾਂਕਿ ਉਹਦਾ ਇੱਕ ਤਾਂ 80 ਦੇ ਨੇੜੇ ਨੇ ਪਰ 40-45 ਅਤੇ 85 ਹੋ ਜਾਂਦੇ ਨੇ, ਪਰ ਗੇਮ ਚੱਲ ਰਹੀ, ਆਪੋ ਆਪਣੇ ਦਾਅਵੇ ਨੇ, ਕੋਈ ਇਹ ਵੀ ਕਹਿ ਸਕਦਾ 60 ਮੇਰੇ ਨਾਲ ਨੇ, ਕੋਈ ਇਹ ਕਹਿ ਸਕਦਾ 70 ਮੇਰੇ ਨਾਲ ਨੇ, ਪਰ ਬਹੁਤੇ ਲੋਕ ਉਹ ਵੀ ਨੇ ਜਿਹੜੇ ਕੈਪਟਨ ਵੱਲ ਵੀ ਪੱਤਾ ਸਿੱਟੇ ਆਉਂਦੇ ਨੇ, ਜਿਹੜੇ ਸਵੇਰੇ ਕੈਪਟਨ ਵੱਲ, ਸ਼ਾਮ ਨੂੰ ਸਿੱਧੂ ਹੋਰਾਂ ਵੱਲ, ਇਹੋ ਜਿਹੇ ਲੋਕ ਵੀ ਨੇ ਜਾਂ ਹਾਈਕਮਾਨ ਵੱਲ, ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਵਿਚਲੇ ਨੇ, ਮੱਧੇ ਮਾਰਗੀ ਨੇ ਜਿਹੜੇ MLA, ਉਹ ਇੱਧਰ ਵੀ ਜਾਏ ਆਉਂਦੇ ਨੇ, ਇੱਧਰ ਵੀ ਜਾਏ ਆਉਂਦੇ ਨੇ, ਇਹਨੂੰ ਵੀ ਖੁਸ਼ ਕਰੇ ਆਉਂਦੇ ਨੇ, ਇਹਨੂੰ ਵੀ ਖੁਸ਼ ਕਰੇ ਆਉਂਦੇ ਨੇ, ਇਹੋ ਜਿਹੇ ਵੀ ਹੈਗੇ ਨੇ, ਤਾਂ ਉਹਨਾਂ ਦੀ ਵੀ ਗਿਣਤੀ 'ਚ ਫਿਰ ਐਂ ਲੱਗਦਾ ਉਹ 45-ਆਂ 'ਚ, ਉਹਨੂੰ ਲੱਗਦਾ ਉਹ ਸਾਡੇ ਨਾਲ ਨੇ, ਉਹਨਾਂ ਨੂੰ ਲੱਗਦਾ ਉਹ ਇਹਦੇ ਨਾਲ ਨੇ, ਪਰ ਅਲਟੀਮੇਟ ਫੈਸਲਾ ਗਾਂਧੀ ਪਰਿਵਾਰ ਨੇ ਲੈਣਾ, ਆਪਾਂ ਸ਼ੁਰੂ ਤੋਂ ਕਹਿੰਦੇ ਹਾਂ ਗਾਂਧੀ ਪਰਿਵਾਰ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਇਹਨਾਂ ਨੇ ਹੀ ਫੈਸਲਾ ਲੈਣਾ, ਕੋਈ ਹਾਈਕਮਾਨ ਇੱਥੇ ਸ਼ਬਦੀ ਆ ਹਾਈਕਮਾਨ ਤਾਂ, ਗਾਂਧੀ ਪਰਿਵਾਰ ਆ ਕਾਂਗਰਸ ਦਾ ਮਤਲਬ, ਗਾਂਧੀ ਪਰਿਵਾਰ ਆ, ਗਾਂਧੀ ਪਰਿਵਾਰ ਦਾ ਮਤਲਬ ਕਾਂਗਰਸ ਆ, ਗਾਂਧੀ ਪਰਿਵਾਰ ਕੀ ਸੋਚਦਾ, ਗਾਂਧੀ ਪਰਿਵਾਰ ਦੀ ਰਾਜਨੀਤੀ ਅਤੇ ਰਣਨੀਤੀ ਕੀ ਹੈ, ਉਹਦੇ ਨਾਲ ਹੀ ਕਾਂਗਰਸ ਦਾ ਅਗਲਾ ਭਵਿੱਖ ਤੈਅ ਹੋਏਗਾ। ਕੀ ਲੱਗਦਾ ਕਿ ਇਹ ਰਿਪੋਰਟ ਜਿਹੜੀ ਹੁਣ ਇੱਕ ਸਾਫ਼ ਕਰ ਦੇਗੀ ਜਾਂ ਫਿਰ ਲੰਮਾ ਜਾ ਸਕਦਾ ਹੈ? ਦੇਖੋ ਇਹ ਵੀ ਹੋ ਸਕਦਾ ਹੈਗਾ ਕਿ ਬਹੁਤ ਜ਼ਿਆਦਾਤਰ ਲੋਕ ਇਹ ਕਹਿ ਰਹੇ ਆ ਚੇਂਜ ਜਿਹੜੀ ਵੀ ਹੋਵੇ ਉਹ ਹੋਏਗੀ, ਜ਼ਿਆਦਾਤਰ ਲੋਕ ਦੋਨਾਂ ਕੈਂਪਾਂ 'ਚ ਹੀ, ਇਹ ਦੋਨਾਂ ਕੈਂਪਾਂ 'ਚ ਇੱਕ ਰਹੇ ਆ ਕਿ ਕੁਛ ਨਾ ਕੁਛ ਤਾਂ ਜ਼ਰੂਰ ਹੋਏਗਾ, ਕੈਪਟਨ ਕੈਂਪ 'ਚ ਵੀ, ਸਿੱਧੂ ਕੈਂਪ 'ਚ ਵੀ ਕਹਿ ਦਿਉ ਜਾਂ ਬਾਗੀ ਕੈਂਪ 'ਚ ਕਹਿ ਦਿਉ, ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਰਿਪੋਰਟ ਤਾਂ ਫਾਰਮੈਲਿਟੀ ਸੀ, ਰਿਪੋਰਟ ਤੋਂ ਅਗਲੀ ਸਕ੍ਰਿਪਟ ਕੀ ਹੈ ਜਿਹੜੀ ਸਿਰਫ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਅੰਕਾ ਨੂੰ ਪਤਾ, ਚੌਥੇ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ, ਇਹ ਸਿਰਫ 3 ਲੋਕਾਂ ਨੂੰ ਪਤਾ, ਜੇ ਚੌਥੇ ਨੂੰ ਪਤਾ ਹੁੰਦਾ ਹੁਣ ਤੱਕ ਖਬਰਾਂ ਛਪ ਜਾਣੀਆਂ ਸੀ ਜਾਂ ਸਾਡੇ ਕੋਲ ਵੀ ਪਹੁੰਚ ਜਾਣੀਆਂ ਸੀ, ਇਹ ਸਿਰਫ 3 ਬੰਦਿਆਂ ਨੂੰ ਪਤਾ, ਯਾਨੀ ਜੇ ਹੋਰਾਂ ਨੂੰ ਪਤਾ ਹੁੰਦਾ ਫਿਰ ਚੌਥੇ ਨੂੰ ਪਤਾ ਹੁੰਦਾ ਅਤੇ ਅਗਲੇ ਨੂੰ ਵੀ ਪਤਾ ਲੱਗਣਾ ਸੀ। ਇੱਕ ਮਨੁੱਖ ਦਾ ਸੁਭਾਅ ਗੋਸਪਿੰਗ ਕਰਨਾ, ਗੋਸਪ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ, ਉਹ ਕਹਿੰਦੇ ਬੰਦਾ ਰੋਟੀ ਤੋਂ ਬਿਨਾਂ ਲੈ ਲੂ ਪਰ ਗੋਸਪ ਤੋਂ ਬਿਨਾਂ ਨਹੀਂ ਰਹਿੰਦਾ, ਤਾਂ ਇਹ ਜਿਹੜੀ ਗੋਸਪਿੰਗ ਦੀ ਆਦਤ ਆ ਬੰਦੇ ਦੀ, ਉਹ ਫਿਰ ਕਿਤੇ ਨਾ ਕਿਤੇ ਖਬਰਾਂ ਸਾਰੀਆਂ ਚੀਜ਼ਾਂ ਜਾਣੀਆਂ ਹੁੰਦੀਆਂ ਨੇ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੇ ਦੇਖਦਿਆਂ ਹੁਣ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਕਾਂਗਰਸ ਦੇ ਅੰਦਰ ਚੇਂਜ 101% ਪੱਕੀ ਹੈ, ਉਹ ਕਿਸ ਤਰ੍ਹਾਂ ਦੀ ਚੇਂਜ ਹੋਏਗੀ ਸਮਾਂ ਦੱਸੇਗਾ। ਤਾਂ ਕਾਂਗਰਸ ਦੇ ਖਿਲਾਰਿਆਂ ਦੀ ਰਿਪੋਰਟ ਹਾਈਕਮਾਨ ਤੱਕ ਪਹੁੰਚ ਚੁੱਕੀ ਹੈ, ਹੁਣ ਹਾਈਕਮਾਨ ਕਿਸ ਦੇ ਹੱਕ ਦੇ ਵਿੱਚ ਭੁਗਤੇਗੀ ਇਹ ਤਾਂ ਹਾਈਕਮਾਨ ਹੀ ਸਾਫ਼ ਕਰ ਸਕਦੀ ਹੈ, ਪਰ ਰਿਪੋਰਟ ਜਿਹੜੀ ਹੈ ਕਾਂਗਰਸ ਦੇ ਖਿਲਾਰਿਆਂ ਦੀ ਉਹ ਹਾਈਕਮਾਨ ਦੇ ਤੱਕ ਜ਼ਰੂਰ ਪਹੁੰਚ ਚੁੱਕੀ ਹੈ।